भाई हमारा घर तोड़ना है, हमारे को नोटिस नहीं मिला, हमारे को कुछ नहीं मिला, हम 90 साल से इधर रह रहे हैं, आज से नहीं रह रहे, 90 साल से रह रहे हैं। ठीक है, आप जीत गए केस, हम मानते हैं भी सरकार जीत गई केस, तो हमें नोटिस तो दो, दो दिन वास्ते टाइम तो दो, हमारा सामान चुके बाहर फेंक रहे हैं। गरीबों की आशानियों पे आज पीला पंजा जो चलने जा रहा है, तो दिखा रहे हैं आपको ये पीला पंजा है जिहड़ा गरीबों के आशाना के उत्ते जिहड़ा चलन जा रहा है, जिहड़ा कि दसा जा रहा है कि लंबे समय तो घर के जिहड़े अपने मकान बना के जिहड़े रह रहे सीगे, पर अज किते ना किते जिहड़ा कंटोनमेंट बोर्ड का जिहड़ा पीला पंजा चलन जा रहा है, तो तुसीं देख सकदे हो किस तरह लोग जिहड़े है अपना समान जिहड़ा घरों जिहड़ा बाहर निकाल रहे हैं, ਤਾਂ ਪ੍ਰਸ਼ਾਸਨ ਪੂਰੀ ਤਰ੍ਹਾਂ ਪਹੁੰਚ ਚੁੱਕਿਆ ਹੈ। ਅਗਰ ਗੱਲ ਕੀਤੀ ਜਾਏ ਪੰਜਾਬ ਪੁਲਿਸ ਹੈ ਜਿਹੜੀ ਸਕਿਉਰਟੀ ਦੇ ਪਰਪਸ ਵਾਸਤੇ ਪਹੁੰਚ ਗਈ, ਆਰਮੀ ਪਹੁੰਚੀ ਹੋਈ ਹੈ, ਤਾਂ ਪੀਲਾ ਪੰਜਾ ਜਿਹੜਾ ਇਹ ਘਰਾਂ ਦੇ ਉੱਤੇ ਜਿਹੜਾ ਕੁਛ ਹੀ ਛਣਾ ਬਾਅਦ ਜਿਹੜਾ ਚੱਲਣ ਜਾ ਰਿਹਾ, ਤਾਂ ਇਹ ਤਸਵੀਰਾਂ ਦੇਖ ਸਕਦੇ ਹੋ, ਲੋਕ ਜਿਹੜੇ ਹੈ ਇੱਥੇ ਜਿਹੜੇ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਔਰ ਲੋਕਾਂ ਨਾਲ ਗੱਲਬਾਤ ਵੀ ਕਰ ਲੈਂਦੇ ਆ। ਮਾਤਾ ਜੀ ਅੱਜ ਕਿਆ ਹੋਣੇ ਜਾ ਰਿਹਾ? ਆਈ ਹਮਾਰਾ ਘਰ ਤੋੜਨਾ ਹੈ, ਮੇਰੇ ਕੋ ਨੋਟਿਸ ਨਹੀਂ ਮਿਲਾ, ਮੇਰੇ ਕੋ ਕੁਛ ਨਹੀਂ ਮਿਲਾ, ਹਮ 90 ਸਾਲ ਸੇ ਇਧਰ ਰਹਿ ਰਹੇ ਹੈਂ, ਆਜ ਸੇ ਨਹੀਂ ਰਹਿ ਰਹੇ, 90 ਸਾਲ ਸੇ ਰਹਿ ਰਹੇ ਹੈਂ। ਠੀਕ ਹੈ, ਆਪ ਜੀਤ ਗਏ ਕੇਸ, ਹਮ ਮਾਨਤੇ ਹੈ ਵੀ ਸਰਕਾਰ ਜੀਤ ਗਈ ਕੇਸ, ਤਾਂ ਹਮੇ ਨੋਟਿਸ ਤੋ ਦੋ, ਦੋ ਦਿਨ ਵਾਸਤੇ ਟਾਈਮ ਤੋ ਦੋ, ਹਮਾਰਾ ਸਮਾਨ ਚੁੱਕ ਕੇ ਬਾਹਰ ਫੇਂਕ ਰਹੀ ਹੈ, ਹਮ ਕਹਾਂ ਜਾਏ, ਬੱਚੋ ਕੋ ਲੈ ਕੇ। ਦੇਖੋ 90 ਸਾਲ ਸੇ इस घर में रह रहे हैं, लेकिन इनको कोई नोटिस नहीं दिया गया, चाहे बता रहे हैं कोर्ट से जो जीत भी चुके हैं, लेकिन उसके बावजूद घर से निकाला जा रहा है, तो क्या क्या आज बोला कि आपको घर से सामान निकालने, सामान निकालो, घर से सामान नहीं निकालोगे तो आधे घंटे के बीच में सर हम क्या करें, कहाँ जाएं, दो दिन का टाइम मांग रहे, इतने पढ़े लिखे अफसर हैं, हम गरीबों के दो दिन की तो दुआ दो हमें। ਤੁਸੀਂ ਦੇਖ ਸਕਦੇ ਹੋ ਇਹ ਪਰਿਵਾਰ ਦਾ ਹਾਲਾਤ, ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਤਾਂ ਸਿਰਫ ਜਿਹੜਾ ਹੈ ਕਿ ਦੋ ਦਿਨ ਦਾ ਟਾਈਮ ਮੰਗਿਆ ਜਾ ਰਿਹਾ, ਪਰ ਕਿਤੇ ਨਾ ਕਿਤੇ ਕੰਟੋਨਮੈਂਟ ਬੋਰਡ ਹੈ ਜਿਹੜਾ ਉਹ ਸਿਰਫ ਜਿਹੜਾ 30 ਮਿੰਟ ਦਾ ਸਮਾਂ ਦੇ ਰਹੀ ਹੈ, 30 ਮਿੰਟ ਬਾਅਦ ਜਿਹੜਾ ਪੀਲੇ ਪੰਜਾ ਚੱਲੇਗਾ ਔਰ ਇਹ ਘਰ ਜਿਹੜੇ ਹੈ ਢਹਿ ਢੇਰੀ ਹੋ ਜਾਣਗੇ। ਤਾਂ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਫਿਰੋਜ਼ਪੁਰ ਦੇ ਜਿਹੜੇ ਕੰਟੋਨਮੈਂਟ ਬੋਰਡ ਦੇ ਅਧੀਨ ਆਉਂਦੇ ਘਰਾਂ ਦੇ ਉੱਤੇ ਜਿਹੜਾ ਪੀਲਾ ਪੰਜਾ ਜਿਹੜਾ ਚੱਲਣ ਜਾ ਰਿਹਾ, ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਤਾਂ ਅਸੀਂ ਗੱਲਬਾਤ ਕਰਾਂਗੇ ਜਿਹੜੇ ਇੱਥੋਂ ਦੇ ਅਧਿਕਾਰੀ ਜਿਹੜੇ ਆਏ ਹੋਏ ਨੇ, ਜਿਨ੍ਹਾਂ ਵੱਲੋਂ ਜਿਹੜਾ ਮਕਾਨ ਢਾਉਣ ਦੀ ਪ੍ਰਕਿਰਿਆ ਜਿਹੜੀ ਚਾਹੀ। ਸਰ ਕਿੰਨੇ ਮਕਾਨ ਜਿਹੜੇ ਢਾਏ ਜਾ ਰਹੇ ਆ? ਸਰ 16 ਮਕਾਨ ਨੇ ਜੋ ਹਟਾਏ ਜਾ ਰਹੇ। ਸਰ ਕੀ ਬਾਤ ਹੈ, ਉਹ ਟਾਈਮ ਮੰਗ ਰਹੇ ਹੈ ਕਿ ਹਮਕੋ ਦੋ ਦਿਨ ਕਾ ਟਾਈਮ ਦਿਆ ਜਾਏ? ਸਰ ਸਭੀ ਕੋ ਹਮਨੇ ਆਰਡਰ ਪੇਸਟ ਕੀਏ ਹੋਏ ਹੈ ਇਨਕੇ ਘਰ ਪੇ, ਇਨਕੇ ਵਕੀਲ ਕੋ ਥਰੂ ਵੀ ਇਨਕੋ ਡਿਲੀਵਰ ਕਰਵਾਏ ਹੈ, ਔਰ ਐਸਾ ਨਹੀਂ ਹੈ, ਕੁਛ ਲੋਗ ਆਪਕੋ ਮਿਲ ਵੀ ਜਾਏਂਗੇ ਜੋ ਕਹਿ ਵੀ ਰਹੇ ਹੈ ਕਿ ਹਮੇ ਆਰਡਰ ਮਿਲੇ ਹੈ, ਡਿਸਟ੍ਰਿਕਟ ਕੋਰਟ ਮੇਂ ਹਮਨੇ ਅਪੀਲ ਫਾਈਲ ਕਰੀ ਹੈ, ਵੋ ਵੀ ਡਿਸਮਿਸ ਹੋ ਗਈ ਹੈ, ਹਾਲਾਂਕਿ ਉਹਨਾਂ ਨੇ ਡਿਸਟ੍ਰਿਕਟ ਕੋਰਟ ਮੇਂ ਜੋ ਅਪੀਲ ਫਾਈਲ ਕਰੀ ਹੈ ਉਸਕੇ ਆਰਡਰ ਵੀ ਦਿਖਾਏ ਥੇ, ਪਰ ਉਹ ਡਿਸਮਿਸ ਹੈ, ਵੋ ਜੋ ਡਿਊਟੀ ਮੈਜਿਸਟ੍ਰੇਟ ਸਾਹਿਬ ਆਏ ਹੈ ਉਹਨਾਂ ਨੇ ਚੈੱਕ ਕਰ ਲਈ ਹੈ। ਕਿਆ ਆਜ ਇਹ ਜੋ 16 ਮਕਾਨ ਆਪ ਬਤਾ ਰਹੇ ਹੈ, ਇਸਕੋ ਆਜ ਜੇਸੀਪੀ ਕੇ ਸਾਥ ਗਿਰਾਇਆ ਜਾਏਗਾ ਪੂਰਾ? ਸਰ ਆਰਡਰ ਤੋ ਯਹੀ ਹੈ। ਗਿਰਾਇਆ ਜਾਏਗਾ ਕਿ ਨਹੀਂ? ਆਰਡਰ ਤੋ ਯਹੀ ਹੈ ਸਰ, ਗਿਰਾਇਆ ਜਾਏਗਾ। ਬਿਲਕੁਲ, ਜਿਹੜੇ ਕਿ SDO ਸੀਗੇ ਕੰਟੋਨਮੈਂਟ ਬੋਰਡ ਤੋਂ ਜਿਹੜੇ ਹੈ ਜਲੰਧਰ ਤੋਂ ਆਏ ਹੋਏ ਨੇ, ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਗਰੀਬ ਲੋਕ ਹੈ ਆਪਣਾ ਮਕਾਨ ਜਿਹੜਾ ਮਕਾਨ ਤੋਂ ਜਿਹੜਾ ਸਮਾਨ ਜਿਹੜਾ ਘਰ ਬਾਰ ਜਿਹੜਾ ਉਹ ਜਿਹੜਾ ਖੁੱਲ੍ਹੇ ਆਸਮਾਨ ਦੇ ਵਿੱਚ ਜਿਹੜਾ ਅੱਜ ਗੁਜ਼ਾਰਾ ਕਰਨਗੇ, ਤਾਂ ਕਿੱਥੇ ਨਾ ਕਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ। ਤਾਂ ਇਹ ਤਸਵੀਰਾਂ ਫਿਰੋਜ਼ਪੁਰ ਦੇ ਕੰਟੋਨਮੈਂਟ ਬੋਰਡ ਦੇ ਅਧੀਨ ਪੈਂਦੇ 16 ਮਕਾਨਾਂ ਨੂੰ ਜਿਹੜਾ ਅੱਜ ਜਿਹੜਾ ਕਿ ਢਹਿ ਢੇਰੀ ਕੀਤਾ ਜਾਏਗਾ, ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਹੈ ਕਾਫੀ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਹੈ, ਔਰ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾ ਰਿਹਾ ਕਿ ਜਿਹੜਾ ਸਾਨੂੰ ਜਿਹੜਾ 2 ਦਿਨ ਦਾ ਸਮਾਂ ਦਿੱਤਾ ਜਾਵੇ। ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ, ਇਹ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, JCP ਮਸ਼ੀਨ ਜਿਹੜੀ ਹੈ ਪੀਲਾ ਪੰਜਾ ਉਹ ਜਲਦੀ ਜਿਹੜਾ
ਇਸ ਮਕਾਨ ਦੇ ਉੱਤੇ ਚੱਲਣ ਜਾ ਰਿਹਾ ਤਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਇਹ ਕੈਮਰਿਆਂ ਦੇ ਵਿੱਚ। ਫੈਕਟ ਨਿਊਜ਼ ਦੀ ਟੀਮ ਲਗਾਤਾਰ ਜਿਹੜੀ ਹੈ ਕਵਰੇਜ ਕਰ ਰਹੀ ਹੈ, ਤਾਂ ਤੁਸੀਂ ਦੇਖ ਸਕਦੇ ਪੂਰੀ ਜਿਹੜੀ ਹੈ ਪੁਲਿਸ ਫੋਰਸ ਜਿਹੜੀ ਇੱਥੇ ਪਹੁੰਚੀ ਹੋਈ ਹੈ, ਤਾਂ ਪੁਲਿਸ ਫੋਰਸ ਪਹੁੰਚੀ ਹੋਈ ਹੈ ਔਰ ਮਕਾਨ ਡਿੱਗਣ ਦੀ ਜਿਹੜੀ ਹੈ ਤਿਆਰੀ 'ਤੇ ਨੇ। ਔਰ ਜਿਹੜੇ ਇਹ ਲੋਕ ਨੇ ਇਹ ਕਿੱਥੇ ਨਾ ਕਿੱਥੇ ਅੱਜ ਜਿਹੜਾ ਹੈ ਕਿ ਸਿਰ ਤੋਂ ਜਿਹੜਾ ਛੱਤ ਜਿਹੜੀ ਹੈ ਉਹ ਖਤਮ ਹੋ ਜਾਏਗੀ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਦੇ ਕੰਟੋਨਮੈਂਟ ਬੋਰਡ ਦੇ ਪੀਲੇ ਪੰਜੇ ਜਿਹੜੇ ਆ ਚੱਲਣ ਜਾ ਰਿਹਾ। ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਮਕਾਨ ਤੋਂ ਜਿਹੜਾ ਸਮਾਨ ਹੈ ਉਹ ਸਾਰਾ ਜਿਹੜਾ ਘਰੋਂ ਜਿਹੜਾ ਬਾਹਰ ਕੱਢ ਕੇ ਰੱਖਿਆ ਹੋਇਆ। ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਹਾਂ। ਤਾਂ ਲੋਕ ਕਾਫੀ ਜਿਹੜੇ ਪਰੇਸ਼ਾਨ ਨਜ਼ਰ ਆ ਰਿਹਾ, 2 ਦਿਨ ਦਾ ਜਿਹੜਾ ਸਮਾਂ ਮੰਗਿਆ ਜਾ ਰਿਹਾ, ਗੁਹਾਰ ਲਗਾਈ ਜਾ ਰਹੀ ਹੈ, ਪਰ ਕਿੱਥੇ ਨਾ ਕਿੱਥੇ ਜਿਹੜਾ ਪ੍ਰਸ਼ਾਸਨ ਹੈ ਉਹ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ। ਤਾਂ ਜਿਹੜੀਆਂ ਲੋਕ ਹੈ ਹਾਂਜੀ ਕੋਈ ਨੋਟਿਸ ਨਹੀਂ ਹੈ, ਕੋਈ ਕੁਛ ਨਹੀਂ ਹੈ, ਬਿਨਾਂ ਕਿਸੇ ਸਾਨੂੰ ਸੂਚਨਾ ਤੋਂ ਘੱਟੋ ਘੱਟ 1 ਮਹੀਨਾ ਪਹਿਲਾਂ ਸੂਚਨਾ ਦੇਣੀ ਚਾਹੀਦੀ ਅਗਰ ਕੋਈ ਕਾਰਵਾਈ ਇੱਦਾਂ ਦੀ ਕਰਨੀ ਹੈ। ਜਵਾਨ ਮਤਲਬ ਧੀਆਂ ਸਾਡੇ ਨਾਲ ਹੈਗੀਆਂ ਨੇ, ਛੋਟੇ ਬੱਚੇ ਸਾਡੇ ਨਾਲ, ਬਜ਼ੁਰਗ ਸਾਡੇ ਨਾਲ ਹੈਗੇ ਨੇ, ਕਿੱਥੇ ਐਟ ਏ ਟਾਈਮ ਕੋਈ ਬੰਦਾ ਲੈ ਕੇ ਜਾਏਗਾ? ਤੁਸੀਂ ਕਿੱਥੇ ਨਾ ਕਿੱਥੇ ਜੇ ਹੈ ਬਜ਼ੁਰਗ ਲੋਕ ਨੇ, ਛੋਟੇ ਬੱਚੇ ਨੇ ਔਰ ਮਹਿਲਾਵਾਂ ਨੇ, ਅੱਜ ਜਦੋਂ ਮਕਾਨ ਢਹਿ ਜਾਏਗਾ ਕਿਸ ਤਰ੍ਹਾਂ ਜਿਹੜਾ ਗੁਜ਼ਾਰਾ ਕਰਨਗੇ? ਜੀ ਜਿਹਦਾ ਓਪਰੇਸ਼ਨ ਹੋਇਆ ਦਿਲ 'ਚ ਛੇਕ ਸੀਗਾ ਜਦੋਂ ਪੈਦਾ ਹੋਇਆ, ਉਹ ਜਿਹੜਾ PGI ਤੋਂ ਓਪਰੇਸ਼ਨ ਕਰਾ ਕੇ ਲੈ ਕੇ ਆਏ, ਹੁਣੇ ਕੱਲ੍ਹ ਹੀ ਆਏ ਹਾਂ, 3 ਲੱਖ ਰੁਪਏ ਉੱਥੇ ਲੱਗਿਆ ਓਪਰੇਸ਼ਨ ਦੇ ਵਿੱਚ। ਤੁਸੀਂ ਦੱਸੋ ਕਿਸ ਤਰ੍ਹਾਂ ਦੀ ਜਿਹੜੀ ਹੈ ਨਾਜ਼ੁਕ ਸਥਿਤੀ ਹੈ, ਇੱਕ ਮਰੀਜ਼ ਦਾ ਜਿਹੜਾ ਇਲਾਜ ਕਰਾ ਕੇ ਆਏ ਨੇ, ਹਾਰਟ ਦੇ ਵਿੱਚ ਪ੍ਰੋਬਲਮ ਸੀਗੀ ਔਰ PGI ਤੋਂ ਇਲਾਜ ਕਰਾ ਕੇ ਆਏ ਨੇ, ਪਰ ਕਿੱਥੇ ਨਾ ਕਿੱਥੇ ਅੱਜ ਵੀ ਜਿਹੜੀ ਹੈ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਫਿਰੋਜ਼ਪੁਰ ਦੇ ਕੰਟੋਨਮੈਂਟ ਬੋਰਡ ਦੇ ਜਿਹੜੇ ਅਧਿਕਾਰੀਆਂ ਵੱਲੋਂ ਜਿਹੜਾ ਹੈ ਕਿ ਪੀਲਾ ਪੰਜਾ ਜਿਹੜਾ ਚਲਾਇਆ ਜਾਏਗਾ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਤਾਂ ਇਹ ਤੁਹਾਨੂੰ ਦਿਖਾ ਰਹੇ ਲਗਾਤਾਰ। ਲੋਕਾਂ ਦੀ ਇਹੀ ਮੰਗ ਹੈ, ਲੋਕ ਇਹੀ ਕਹਿ ਰਿਹਾ ਕਿ ਜਿਹੜੇ ਇਹ ਪੀਲਾ ਪੰਜਾ ਚੱਲਣ ਜਾ ਰਿਹਾ ਸਾਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ, ਜਦਕਿ ਸਾਨੂੰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ, ਪਰ ਉਸ ਦੇ ਬਾਵਜੂਦ ਵੀ ਸਾਡੇ ਜਿਹੜੇ ਮਕਾਨ ਢਾਏ ਜਾ ਰਿਹਾ। ਪਰ ਦੇਖਣਾ ਹੋਏਗਾ ਜਿੱਥੇ ਪੰਜਾਬ ਦੀ ਆਮਣੀ ਵੀ ਸਰਕਾਰ ਹੋ, ਕੇਂਦਰ ਸਰਕਾਰ ਲੋਕਾਂ ਨੂੰ ਜਿਹੜੇ ਅੱਛੀਆਂ ਸੁਵਿਧਾਵਾਂ ਦੇਣ ਦੇ, ਮਕਾਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਇਹ ਗਰੀਬਾਂ ਦੇ ਅੱਜ ਮਕਾਨ ਢਾਏ ਜਾ ਰਹੇ ਤਾਂ ਕੀ ਜਿਹੜਾ ਇਹਨਾਂ ਦਾ ਸੁਣਿਆ ਜਾਏਗਾ ਕਿ ਇਸੇ ਤਰ੍ਹਾਂ ਹੀ ਜਿਹੜੇ ਇਹ ਪੀਲੇ ਪੰਜੇ ਚੱਲਦੇ ਰਹਿਣਗੇ। ਫਿਰੋਜ਼ਪੁਰ ਤੋਂ ਕਹਿਣਾ ਪਸੰਦ ਜਗਦੀਸ਼ ਕੁਮਾਰ ਦੀ ਫੈਕਟ।